ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਉਦੋਂ ਲਿਆ ਜਦੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਵੀ ਸਾਬਕਾ ਵਿਧਾਇਕ ਜਦੋਂ ਗ੍ਰਿਫਤਾਰ ਹੋ ਜਾਂਦੀ ਤਾਂ ਪਾਰਟੀ ਨੂੰ ਵੀ ਸ਼ਰਮਸਾਰ ਹੋਣਾ ਪਿਆ ਉਹਨੇ ਇੱਕ ਸਪੈਸ਼ਲ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਚਿੱਠੀ ਕੱਢ ਦਿੱਤੀ ਹੈ ਪਾਰਟੀ ਦੇ ਸੂਬਾ ਜਨਰਲ ਸਕੱਤਰ ਨਿਲ శ్రీਨ ਵੱਲੋਂ ਇਹ ਚਿੱਠੀ ਕੱਢੀ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਦੇ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਸਤਕਾਰ ਕੌਰ ਗਹਿਰੀ ਸਾਬਕਾ ਐਮ ਐਲ ਏ ਨੂੰ 6 ਸਾਲ ਲਈ ਪਾਰਟੀ ਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਜਿਸ ਕਰਕੇ ਹੁਣ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਵਿਧਾਇਕ ਸਤਕਾਰ ਕੌਰ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਅਸਲ ਦੇ ਵਿੱਚ ਪਿਛਲੇ ਦਿਨੀ ਬੀਤੀ ਰਾਤ ਹੀ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਸਤਕਾਰ ਕੌਰ ਨੂੰ ਮਹਾਲੀ ਦੀ ਐਸਟੀਐਫ ਨੇ ਗ੍ਰਿਫਤਾਰ ਕੀਤਾ ਸੀ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਫਿਰੋਜ਼ਪੁਰ ਦੇ ਹੱਤੀ ਤੋਂ ਐਮਐਲਏ ਰਹਿ ਚੁੱਕੀ ਸਤਕਾਰ ਕੌਰ ਨੂੰ ਇੱਕ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਹਦੇ ਚਲਦਿਆਂ ਹੁਣ ਪਾਰਟੀ ਨੇ ਉਹਨੂੰ 6 ਸਾਲ ਵਾਸਤੇ ਬਾਹਰ ਕੱਢ ਦਿੱਤਾ ਗਿਆ ਬੀਜੇਪੀ ਵੱਲੋਂ ਲੈਟਰ ਪੈਡ ਤੌਰ ਤੇ ਲੈਟਰ ਪੈਡ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਆ ਅਧਿਕਾਰੀ ਤੌਰ ਤੇ ਉਹਦੇ ਚ ਸੂਬਾ ਜਨਰਲ ਸਿਕਤਰ ਨਿਲਸਰੀਨ ਉਹਨਾਂ ਵੱਲੋਂ ਹੀ ਕਿਹਾ ਗਿਆ ਹਾਲਾਂਕਿ ਬੀਤੀ ਰਾਤ ਹੀ ਮੀਡੀਆ ਦੇ ਨਾਲ ਜਿੰਨੀ ਵੀ ਗੱਲਬਾਤ ਹੋਈ ਉਹਦੇ ਚ ਸਤਕਾਰਕਰ ਉਹਨਾਂ ਨੇ ਇਹੋ ਹੀ ਕਿਹਾ ਕਿ ਮੈਨੂੰ ਬੇਵਜਾ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਮੇਰਾ ਕੋਈ ਕਸੂਰ ਜਾਂ ਦੋਸ਼ ਨਹੀਂ ਹੈ ਉਹ ਰਾਜਨੀਤੀ ਦਾ ਸ਼ਿਕਾਰ ਹੋਈ ਆ ਇਹ ਉਸ ਵੇਲੇ ਗੱਲ ਕੀਤੀ ਜਦੋਂ ਮਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਉਣ ਲਈ ਪੁਲਿਸ ਟੀਮ ਲੈ ਕੇ ਗਈ ਸੀ ਇਸ ਦੌਰਾਨ ਪੁਲਿਸ ਟੀਮ ਉਹਨੂੰ ਮੈਡੀਕਲ ਜਾਂਚ ਕਰਵਾਉਣ ਗਈ ਉੱਥੇ ਹੀ ਮੀਡੀਆ ਦੇ ਨਾਲ ਥੋੜੀ ਜੀ ਗੱਲਬਾਤ ਹੋਈ ਜਿਹਦੇ ਚ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਹ ਰਾਜਨੀਤੀ ਦਾ ਸ਼ਿਕਾਰ ਹੋਈਆ ਉਹਦੇ ਨਾਲ ਉਹਦਾ ਭਤੀਜਾ ਵੀ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨੂੰ ਪੁੱਛਿਆ ਗਿਆ ਕਿ ਘਰ ਵਿੱਚ ਕੀ ਕੁਝ ਬਰਾਮਦਗੀ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਅਜੀਹੀ ਘਰੋਂ ਕੋਈ ਬਰਾਮਦਗੀ ਵਾਲੀ ਚੀਜ਼ ਨਹੀਂ ਪਤਾ ਹੀ ਲੇਕਿਨ ਜਿਹੜਾ 골ਡ ਹੋ ਬ੍ਰਾਂਧ ਕੀਤਾ ਗਿਆ ਉਹਨਾਂ ਦਾ ਪ੍ਰਾਣਾਮ ਔਰ ਪੈਸੇ ਦੀ ਗੱਲ ਉਹਨਾਂ ਕਹਿਆ ਕਿ ਉਹਨਾਂ ਨੇ ਆਪਣੀ ਕਾਰ ਵੇਚੀ ਸੀ ਇਸ ਕਰਕੇ ਪੈਸੇ ਘਰ ਦੇ ਵਿੱਚ ਰੱਖੇ ਹੋਏ ਸੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੈਡੀਕਲ ਜਾਂਚ ਜਿਹੜੀ ਚੱਲ ਰਹੀ ਹੈ ਤੇ ਉਹਨਾਂ ਨੂੰ ਅੱਜ ਮੁੜ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਫਿਰੋਜ਼ਪੁਰ ਦੇ ਹਾਤੀ ਤੋਂ 217 ਦੇ ਵਿੱਚ ਕਾਂਗਰਸ ਪਾਰਟੀ ਤੋਂ ਉਹ ਪਹਿਲੀ ਦਫਾ ਐਮਐਲਏ ਬਣੇ ਸੀ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਦਿੰਦੇ ਨੇ ਤਾਂ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਵਿੱਚੋਂ ਸਤਕਾਰਕੁਰ ਗਹਿਰੀ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਜਿਨ੍ਹਾਂ ਨੂੰ ਬੀਤੇ ਦਿਨ ਡਰਗ ਤਸਕਰੀ ਦੇ ਦੋਸ਼ ਦੇ ਵਿੱਚ ਮਹਾਲੀ ਦੀ ਐਸਟੀਐਫ ਨੇ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੋਲ ਪੁਲਿਸ ਨੇ ਦਾਵਾ ਕੀਤਾ ਕਿ 128 ਗ੍ਰਾਮ ਹੇਰੋਨ ਵੀ ਫੜੀ ਗਈ ਹੈ ਇਸ ਦੌਰਾਨ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਆਪਣੀ ਕਾਰ ਰਹੀ ਇੱਕ ਪੁਲਿਸ ਕਰਮਚਾਰੀ ਤੇ ਕਾਰ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਿਆ ਟੀਮ ਨੇ ਜਿਨ੍ਹਾਂ ਨੇ ਛਾਪਾ ਮਾਰਿਆ ਜਿਨ੍ਹਾਂ ਨੇ ਸਤਕਾਰ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਉਸ ਟੀਮ ਨੇ ਇੱਕ ਕ੍ਰੂਜ਼ਰ ਤੇ ਇੱਕ BMW ਕਾਰ ਵੀ ਜ਼ਬਤ ਕੀਤੀ ਗਈ ਆ ਉਧਰ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਰਟਰ ਸੁਖਚੰਦ ਸਿੰਘ ਗਿੱਲ ਹੋਣਾ ਨੇ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੀ ਉਸ ਵਿੱਚ ਦਾਵਾ ਕੀਤਾ ਸੀ ਕਿ ਜਾਂਚ ਜਾਰੀ ਹੈ ਅਤੇ ਮਹਾਲੀ ਦੇ ਐਂਟੀ ਨਾਰਕੋਟਿਕਸ ਕੰਟਰੋਲ ਫੋਰਸ ਥਾਣੇ ਵਿੱਚ ਕੇਸ ਦਰਜ ਕੀਤਾ ਜਾ ਚੁੱਕਾ ਪੁਲਿਸ ਨੇ ਦਾਅਵਾ ਕੀਤਾ ਕਿ ਇੱਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਨਸ਼ੇ ਦਾ ਆਦੀ ਹੈ ਇੱਕ ਔਰਤ ਉਸ ਨੂੰ ਜ਼ਬਰਨ ਡਰੱਗ ਵੇਚਣ ਲਈ ਮਜਬੂਰ ਕਰ ਰਹੀ ਹੈ ਜਦੋਂ ਪੁਲਿਸ ਨੇ ਕੁਝ ਕਾਲ ਰਿਕਾਰਡਿੰਗ ਕੀਤੀ ਗਈ ਤਾਂ ਜਿਸ ਵਿੱਚ ਡਰੱਗ ਡੀਲਿੰਗ ਨੂੰ ਲੈ ਕੇ ਗੱਲਬਾਤ ਹੋ ਰਹੀ ਫਿਰ ਪਤਾ ਲੱਗਾ ਕਿ ਜਿਹੜੀ ਔਰਤ ਉਸ ਨੂੰ ਡਰੱਗ ਵੇਚਣ ਲਈ ਮਜਬੂਰ ਕਰ ਰਹੀ ਉਸ ਦਾ ਨਾਮ ਸਤਕਾਰ ਕੌਰ ਫਿਰ ਪੁਲਿਸ ਦੇ ਕੰਨ ਹੋਰ ਖੜਕ ਗਏ ਕਿਉਂਕਿ ਫਿਰ ਜਦੋਂ ਸਤਕਾਰ ਕੌਰ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਨੇ ਫਿਰ ਦੋ ਮੋਬਾਈਲ ਨੰਬਰ ਲੈ ਕੇ ਦਿੱਤੇ ਜਿਸ ਤੇ ਫਿਰ ਪੁਲਿਸ ਨੇ ਉਹ ਸਰਵੈਲੈਂਸ ਤੇ ਲਗਾ ਦਿੱਤੇ ਗਏ ਤੇ ਦੋ ਲੋਕਾਂ ਦੀ ਜਿਹੜੀ ਭੂਮਿਕਾ ਉਹ ਵੀ ਸ਼ਾਮਲ ਸਾਹਮਣੇ ਹੋਈ ਆ ਕਿਉਂਕਿ ਵੀਡੀਓ ਵੀ ਪੁਲਿਸ ਨੂੰ ਮੁਹैया ਕਰਵਾਈ ਗਈ ਹੈ ਫਿਰ ਇੱਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਕ ਬਣ ਕੇ ਨਸ਼ਾ ਬਗਵਾ ਸਕਦਾ ਫਿਰ ਸਾਬਕਾ ਵਿਧਾਇਕ ਦੇ ਨਾਲ ਡੀਲ ਤੈਅ ਵੀ ਇਸ ਤੇ ਪੁਲਿਸ ਨੇ ਫਿਰ Trap ਲਗਾ ਲਿਆ ਔਰ ਬੁੱਧਵਾਰ ਸ਼ਾਮ ਸਤਕਾਰ ਕੌਰ ਡਰਾਈਵਰ ਦੇ ਨਾਲ ਖਰੜ ਦੇ ਕਬੂਥ ਵਾਲਾ ਚੌਂਕ ਤੇ ਨਸ਼ੇ ਦੀ ਸਪਲਾਈ ਕਰਨ ਆਈ ਤਾਂ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਇਸ ਦੌਰਾਨ ਸਤਕਾਰ ਕੌਰ ਦੇ ਡਰਾਈਵਰ ਨੇ ਪੁਲਿਸ ਕਰਮਚਾਰੀ ਤੇ ਗੱਡੀ ਚਾੜ੍ਹ ਦੀ ਕੋਸ਼ਿਸ਼ ਕੀਤੀ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਵੀ ਦਾਵਾ ਕੀਤਾ ਹੈ ਕਿ ਘਰ ਵਿੱਚ ਚਾਰ ਸਾਧਨ ਵੀ ਮਿਲੇ ਨੇ ਜਿਨ੍ਹਾਂ ਵਿੱਚ ਇੱਕ ਫੌਰਚਨਰ ਕਾਰ ਵਰਨਾਕਾਰ BMW ਕਾਰ ਅਤੇ ਇੱਕ ਹੋਰ ਕਾਰ ਸ਼ਾਮਲ ਤਿੰਨ ਗੱਡੀਆਂ ਦੇ ਨੰਬਰ ਹਰਿਆਣਾ ਅਤੇ ਦਿੱਲੀ ਦੇ ਨੇ ਉੱਥੇ ਪੰਜ ਨੰਬਰ ਪਲੇਟਾਂ ਵੀ ਬਰੰਦ ਕੀਤੀਆਂ ਗਈਆਂ ਜੋ ਇਹਨਾਂ ਗੱਡੀਆਂ ਦੇ ਅਲੱਗ-ਅਲੱਗ ਨੰਬਰ ਸਨ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਪੁਲਿਸ ਰਿਮਾਰਡ ਜਦੋਂ ਮਿਲੇਗਾ ਕਿ ਇਹਦੇ ਪਿੱਛੇ ਕੌਣ ਹੈ ਇਹ ਕਿਥੋਂ ਨਸ਼ਾ ਲਿਆ ਕੇ ਗਾ ਲੋਕਾਂ ਨੂੰ ਵੇਚਣ ਲਈ ਮਜਬੂਰ ਕਰਦੇ ਨੇ ਪਰ ਇਸ ਦਰਾਂ ਨੂੰ ਉਹਨਾਂ ਨੂੰ ਹੁਣ ਸਿਆਸਤ ਤੋਂ ਵੀ ਪਾਸੇ ਕਰ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਨੇ ਆਪਣਾ ਦਾਹਮਣ ਸਾਫ਼ ਰੱਖਣ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਪਾਰਟੀ ਤੋਂ 6 ਸਾਲ ਵਾਸਤੇ ਬਾਹਰ ਕੱਢ ਦਿੱਤਾ ਗਿਆ ਤੁਹਾਨੂੰ ਦੱਸਦੇ ਜੇ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਸਤਕਾਰਕੌਰ ਗੈਰੀ ਜੋ ਸਾਬਕਾ ਵਦਾਇਕ ਨੇ ਉਹਨਾਂ ਦੇ ਪਤੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਸ੍ਰੋਤਾ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਕਾਫੀ ਮਹੀਨੇ ਜੇਲ੍ਹ ਦੇ ਵਿੱਚ ਰਹੇ ਨੇ ਬਾਅਦ 'ਚ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਪਰ ਹੁਣ ਇੱਕ ਨਵੀਂ ਮੁਸੀਬਤ ਆ ਕੇ ਸਤਕਾਰਕੌਰ ਹੁਣੇ ਨਸ਼ਾ ਵੇਚਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਪੁਲਸ ਕਹਿ ਨੇ ਕਿ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਸਤਕਾਰ ਕੌਰ ਹੁਣ ਆਪਣਾ ਪੱਖ ਰੱਖ ਰਹੇ ਨੇ ਕਿ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਉਹ ਸਿਆਸਤ ਦਾ ਸ਼ਿਕਾਰ ਹੋ ਗਈ ਆ ਹੁਣ ਅਸਲੀਅਤ ਕੀ ਆ ਸੱਚ ਕੀ ਆ ਇਹ ਆਉਣ ਵਾਲੇ ਸਮੇਂ ਚ ਸਥਿਤੀ ਜਿਹੜੀ ਆ ਸਪਸ਼ਟ ਹੋ ਜਾਏਗੀ ਲੇਕਿਨ ਫਿਲਹਾਲ ਭਾਰਤੀ ਜਨਤਾ ਪਾਰਟੀ ਨੇ ਸਤਕਾਰ ਕੌਰ ਨੂੰ 6 ਸਾਲ ਵਾਸਤੇ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਇਹ ਜਾਣਕਾਰੀ ਨੂੰ ਤੁਹਾਡੇ ਤੋਂ ਅੱਗੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ